ਨਮਸਕਾਰ ਤੁਸੀਂ ਦੇਖ ਰਹੇ ਹੋ ਐਚਐਸਐ ਨਿਊਜ਼ ਮੈਂ ਹਰੀਸ਼ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਰੂਸ ਯੂਕਰੇਨ ਦਾ ਯੁੱਧ ਅੱਜ 70 ਦਿਨ ਹੋ ਗਏ ਨੇ ਲਗਾਤਾਰ ਜਾਰੀ ਹੈ ਇਸ ਯੁੱਧ ਦੇ ਵਿੱਚ ਸਾਨੂੰ ਪਲ-ਪਲ ਦੀ ਇਹ ਖਬਰ ਮਿਲ ਰਹੀ ਹੈ ਕਿ ਰੂਸ ਯੂਕਰੇਨ ਦੇ ਉੱਤੇ ਲਗਾਤਾਰ ਤਾਬੜ ਤੋੜ ਹਮਲੇ ਕਰ ਰਿਹਾ ਔਰ ਯੂਕਰੇਨ ਦੇ ਸ਼ਹਿਰ ਦਰ ਸ਼ਹਿਰ ਤਬਾਹ ਹੁੰਦੇ ਜਾ ਰਹੇ ਨੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਬੇਘਰ ਹੋ ਚੁੱਕੇ ਨੇ ਔਰ ਹਾਲੇ ਵੀ ਰਾਸ਼ਟਰਪਤੀ ਪੁਤਿਨ ਦੀ ਜਿਹੜੀ ਸੈਨਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਯੂਕਰੇਨ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਅਸੀਂ ਗੱਲ ਕਰੀਏ ਮਾਰੀਓਪੋਲ ਦੀ ਤਾਂ ਮਾਰੀਓਪੋਲ ਦੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਦੀ ਪੋਰਟ ਦੇ ਉੱਤੇ ਕਬਜ਼ਾ ਕਰ ਲਿਆ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਆਰਥਿਕ ਤੌਰ ਤੇ ਬਹੁਤ ਭਾਰੀ ਨੁਕਸਾਨ ਪਹੁੰਚਿਆ ਯੂਕਰੇਨ ਨੂੰ ਪਰ ਯੂਕਰੇਨ ਹਾਲੇ ਵੀ ਯੁੱਧ ਲੜਨ ਦੇ ਲਈ ਤਿਆਰ ਹੈ ਔਰ ਕਈ ਦੇਸ਼ ਨੇ ਇਦਾਂ ਦੇ ਜਿਹੜੇ ਯੂਕਰੇਨ ਨੂੰ ਮਦਦ ਭੇਜ ਰਹੇ ਪਰ ਇਹਦੇ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੂਸ ਨੂੰ ਲੈ ਕੇ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਕੁਝ ਦਿਨਾਂ ਦੇ ਲਈ ਆਪਣੇ ਅਹੁਦਾ ਛੱਡ ਸਕਦੇ ਨੇ ਤੁਸੀਂ ਹੈਰਾਨ ਹੋ ਸਕਦੇ ਹੋ ਪਰ ਇਹ ਗੱਲ ਸਹੀ ਹੈ ਕਿਉਂਕਿ ਰੂਸੀ ਮੀਡੀਆ ਤੋਂ ਲਗਾਤਾਰੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਕੈਂਸਰ ਦੀ ਬਿਮਾਰੀ ਤੋਂ ਅਗਰਸਿਤ ਨੇ ਤੇ ਉਹਨਾਂ ਦੀ ਸਰਜਰੀ ਹੋਣੀ ਹੈ ਇਸ ਲਈ ਆਪਣੇ ਇਲਾਜ ਦੀ ਖਾਤਰ ਆਪਣੇ ਆਪਰੇਸ਼ਨ ਲਈ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਆਰਾਮ ਦੀ ਜ਼ਰੂਰਤ ਹੈ ਔਰ ਇਸ ਆਪਰੇਸ਼ਨ ਦੇ ਦੌਰਾਨ ਰਾਸ਼ਟਰਪਤੀ ਦੇ ਜਿਹੜਾ ਅਹੁਦਾ ਉਹ ਉਹਨਾਂ ਦੇ ਸੁਰੱਖਿਆ ਸਚਿਵ ਨਿਕੋਲਾਈ ਸੰਭਾਲਣਗੇ ਤੁਹਾਨੂੰ ਦੱਸ ਦਈਏ ਹਾਲੇ ਤੱਕ ਰੂਸ ਦੇ ਸੁਰੱਖਿਆ ਪਰਿਸ਼ਦ ਦੁਆਰਾ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਰੂਸੀ ਮੀਡੀਆ ਲਗਾਤਾਰ ਇਹਦੀ ਪੁਸ਼ਟੀ ਕਰ ਰਿਹਾ ਹੈ ਕਿ ਪੁਤਿਨ ਦੀ ਹਾਲਤ ਖਰਾਬ ਹੈ ਔਰ ਜਦੋਂ ਉਹਨਾਂ ਦੀ ਆਪਣੇ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਸੀ ਉਹਦੇ ਦੌਰਾਨ ਕਿਹਾ ਜਾ ਰਿਹਾ ਕਿ ਉਦੋਂ ਉਹਨਾਂ ਦੀ ਤਬੀਅਤ ਖਰਾਬ ਜ਼ਿਆਦਾ ਹੋ ਗਈ ਔਰ ਟੇਬਲ ਨੂੰ ਫੜ ਕੇ ਖੜੇ ਹੋ ਗਏ ਔਰ ਕਈ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਡਾਊਨਫਾਲ ਹੋਣਾ ਸ਼ੁਰੂ ਹੋ ਗਿਆ ਔਰ ਇਸ ਲਈ ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਸਰ ਹੈ ਤੇ ਉਨ੍ਹਾਂ ਦਾ ਇਲਾਜ ਹੋਣ ਵਾਲਾ ਸਰਜਰੀ ਹੋਏਗੀ ਔਰ ਇਸੇ ਦੌਰਾਨ ਉਹਨਾਂ ਦੀ ਜਿਹੜੀ ਜਗ੍ਹਾ ਉਹ ਉਥੋਂ ਦੇ ਸੁਰੱਖਿਆ ਪਰਿਸ਼ਦ ਦੇ ਸਚਿਵ ਨਿਕੋਲਾਈ ਲੈਣਗੇ ਤੁਹਾਨੂੰ ਦੱਸ ਦਈਏ ਆਦਮੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੋਵੇ ਤਾਂ ਸ਼ਾਂਤੀ ਦੀ ਕਾਮਨਾ ਕਰਦਾ ਪਰ ਰਸ਼ਪਤੀ ਪੁਤਿਨ ਇਸ ਹਾਲਤ ਦੇ ਵਿੱਚ ਵੀ ਆਪਣੀ ਕੰਟਰੀ ਦੀ ਦੂਸਰੀ ਕੰਟਰੀ ਦੇ ਨਾਲ ਇਸ ਮਾਰ ਧਾੜ ਦੇ ਵਿੱਚ ਹੋਰ ਅਗਰਸਰ ਹੋ ਕੇ ਕਾਰਵਾਈ ਦੇ ਵਿੱਚ ਅੰਜਾਮ ਪਾ ਰਹੇ ਨੇ ਪਰ ਇਹ ਯੁੱਧ ਕਿੱਥੋਂ ਤੱਕ ਖਿੱਚੇਗਾ ਕਦੋਂ ਖਤਮ ਹੋਏਗਾ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਰਚਾ ਹਾਲੇ ਬਿਲਾਲ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਤੁਸੀਂ ਵੇਖ ਰਹੇ ਹੋ ਐਚਾ ਨਿਊਜ਼ ਮੈਸੀਜ ਖਾਸ ਰਿਪੋਰਟ ਦੇ ਨਾਲ ਹਰੀਸ਼